अमनदीप कौर स्कूल लाइब्रेरी एक जिहड़ा मदाणा बरताया जा रहा है ये गंडुआ वालों जिहड़ी मदाणे की सेवा है वो भी जिहड़ी कल क्योंकि उत्थे प्रोग्राम की वड्डी गिणती च मदाणा बहुत आया अज भी वो मदाणा जिहड़ा विच बरता रहे ने गंडुआ वास्ते ते उस तों बाद साडी भैण तों बाद साडे सूबा प्रधान सरदार जगिंदर सिंह जी ग्रहा वो अपने विचार धोरना साझे करनगे आओ जी फतेह प्रवान करो वाहेगुरु जी का खालसा वाहेगुरु जी की फतेह। मंगा भी उही ने मुद्दे भी उही ने सरकार भी उही ने जिन्हां नाल साडियां लड़ाइयां चल रही ने। छोटे हुंदे तो एक कहावत सुनदे आए हां कि 12 साल बाद रूड़ी दी भी सुनी जांदी आ। साडियां पोस्टां सरकार ने 12 साल बाद कढ़ियां ਉਹ ਵੀ ਸਾਨੂੰ ਰੂੰਗੇ ਬਾਅਦ ਦਿੱਤੀਆਂ ਜਿੱਦਾਂ ਦੁਕਾਨਦਾਰ ਇੱਕ ਰੂੰਗਾ ਪਾ ਦਿੰਦਾ ਕੋਈ ਵੀ ਚੀਜ਼ ਲੈਣ ਤੋਂ ਬਾਅਦ ਉਸ ਹਾਲਾਤਾਂ 'ਚ ਦਿੱਤੀਆਂ। ਸਰਕਾਰ ਨੇ 908 ਦਾ ਪ੍ਰਪੋਜ਼ਲ ਕੱਢ ਕੇ 750 ਤੇ ਸਾਡੇ ਤੋਂ ਫੀਸਾਂ ਭਰਵਾਈਆਂ। ਪੇਪਰ ਤੋਂ 10 ਦਿਨ ਪਹਿਲਾਂ ਕਹਿੰਦੇ ਆ ਕਿ ਤੁਹਾਡੀਆਂ ਪੋਸਟਾਂ 693 ਰਹਿ ਗਈਆਂ। 57 ਪੋਸਟਾਂ ਕਿੱਥੇ ਗਈਆਂ ਕਿਸੇ ਨੂੰ ਕੁਛ ਨਹੀਂ ਪਤਾ, ਨਾ ਕਿਸੇ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਪਤਾ, ਨਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਚੰਨੀ ਸਾਹਿਬ ਜੀ ਨੂੰ ਪਤਾ। ਜਦੋਂ ਅਸੀਂ ਇਹਨਾਂ ਤੋਂ ਇਸ ਚੀਜ਼ ਦਾ ਜਵਾਬ ਮੰਗਦੇ ਹਾਂ ਤਾਂ ਸਾਨੂੰ ਕਹਿੰਦੇ ਆ ਕਿ ਸਾਡੇ ਕੋਲ ਪੈਸੇ ਦੀ ਤੰਗੀ ਆ, ਸਾਡੇ ਕੋਲ ਫਾਈਨੈਂਸ ਆ ਜਿਹੜਾ ਉਹ ਘੱਟ ਆ। ਜਦੋਂ ਇਹਨਾਂ ਨੇ ਆਪਦੇ ਭੱਤੇ ਲੈਣੇ ਹੁੰਦੇ ਆ ਜਾਂ ਜਦੋਂ ਇਹਨਾਂ ਨੇ ਆਪਦੇ ਇੰਕਰੀਮੈਂਟ ਲਗਾਉਣੇ ਹੁੰਦੇ ਆ ਉਦੋਂ ਇਹਨਾਂ ਦਾ ਫਾਈਨੈਂਸ ਕਿੱਥੇ ਜਾਂਦਾ ਆ? ਉਦੋਂ ਨਹੀਂ ਦਿਖਦਾ ਇਹਨਾਂ ਨੂੰ ਕਿ ਅਸੀਂ ਆਪਦੇ ਖਰਚੇ ਘਟਾ ਲਈਏ? ਜਦੋਂ ਅਸੀਂ ਸੀਐਮ ਚੰਨੀ ਸਾਹਿਬ ਦੇ ਦਰਬਾਰ ਜਾ ਕੇ ਖੜੇ ਹੋਏ ਤਾਂ ਸਾਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਜੇ ਤੁਹਾਡੇ ਕੋਲ ਕਿਸੇ MLA ਦੀ ਅਪਰੋਚ ਹੈਗੀ ਆ ਤਾਂ ਤੁਸੀਂ ਅੰਦਰ ਆ ਸਕਦੇ ਹੋ, ਨਹੀਂ ਤਾਂ ਤੁਸੀਂ ਇੱਥੋਂ ਮੁੜ ਜਾਓ। ਜੇ ਸਾਡੇ ਕੋਲ ਕਿਸੇ MLA ਦੀ ਅਪਰੋਚ ਆ, ਜੇ ਕਿਸੇ ਅਸੀਂ MCMP ਦੇ ਬੱਚੇ ਆ ਤਾਂ ਅਸੀਂ ਸੜਕਾਂ ਤੇ ਕਿਉਂ ਰੁਲਾਂਗੇ? ਅਸੀਂ ਵੀ ਤੁਹਾਡੇ ਵਾਂਗੂ ਕੁਰਸੀਆਂ ਲੈ ਕੇ ਕਿਸੇ ਅਹੁਦੇ ਤੇ ਬੈਠੇ ਹੋਵਾਂਗੇ। ਸੋ ਮੇਰੀ ਇੱਥੋਂ ਇਹੀ ਅਪੀਲ ਆ ਕਿ ਸਕੂਲ ਲਾਇਬ੍ਰੇਰੀਅਨ ਦੀਆਂ ਜਿਹੜੀਆਂ 12 ਸਾਲ ਵੇਟ ਕਰਕੇ ਸਾਨੂੰ ਇਹ ਪੋਸਟਾਂ ਦਿੱਤੀਆਂ ਗਈਆਂ ਆ, 1311 ਸੈਂਟਰ ਜਿਹੜੇ ਸਰਕਾਰ ਸਾਨੂੰ ਦੱਸ ਰਹੀ ਆ ਕਿ ਸਕੂਲ ਲਾਇਬ੍ਰੇਰੀਅਨ ਦੇ ਖਾਲੀ ਪਏ ਆ, ਉਹਨਾਂ ਨੂੰ ਭਰਿਆ ਜਾਵੇ। ਕਿਉਂਕਿ ਜਦੋਂ ਇੱਕ ਪ੍ਰਾਈਵੇਟ ਸਕੂਲ ਦੀ ਐਫੀਲੀਏਸ਼ਨ ਲੈਣੀ ਹੁੰਦੀ ਆ ਤਾਂ ਸਰਕਾਰ ਉਹਨਾਂ ਲਈ ਇੱਕ ਕ੍ਰਾਈਟੇਰੀਆ ਸੈੱਟ ਕਰ ਦਿੰਦੀ ਆ ਕਿ ਜੇ ਤੁਹਾਡੇ ਕੋਲ ਇੱਕ ਲਾਇਬ੍ਰੇਰੀ ਆ, ਇੱਕ DP ਆ, ਇੱਕ ਅਕਾਊਂਟੈਂਟ ਆ, ਇੱਕ ਪ੍ਰਿੰਸੀਪਲ ਆ ਤਾਂ ਤੁਹਾਨੂੰ ਐਫੀਲੀਏਸ਼ਨ ਤਾਂ ਮਿਲੂਗੀ। ਤਾਂ ਫਿਰ ਸਰਕਾਰੀ ਸਕੂਲਾਂ ਦੀ ਇਹ ਕ੍ਰਾਈਟੇਰੀਆ ਕਿੱਧਰ ਚਲਿਆ ਜਾਂਦਾ ਆ? ਜਾਂ ਤਾਂ 1311 ਖਾਲੀ ਸੈਂਟਰ ਸਰਕਾਰ ਭਰੇ, ਨਹੀਂ ਤਾਂ ਜਿਹੜੇ ਗੌਰਮੈਂਟ ਸਕੂਲ ਆ ਉਹਨਾਂ ਦੀਆਂ ਵੀ ਜਿਹੜੀਆਂ ਐਫੀਲੀਏਸ਼ਨਾਂ ਆ ਉਹ ਰੱਦ ਕੀਤੀਆਂ ਜਾਣ। ਅੰਤ 'ਚ ਮੈਂ ਸਾਡੇ ਸਤਿਕਾਰਯੋਗ ਗ੍ਰਾਹਾਂ ਸਾਹਿਬ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਵਰਗੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਿਆ। ਧੰਨਵਾਦ।